ਤਾਂ ਬੰਨੇ ਦੇ ਆਗਾਜ਼ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਅਮਰੀਕੀ ਸੈਨੇਟ ਨੇ ਏਸ਼ੀਅਨ ਲੋਕਾਂ ਵਿਰੁੱਧ ਨਫ਼ਰਤੀ ਸੰਬੰਧੀ ਅਪਰਾਧ ਕਾਨੂੰਨ ਨੂੰ ਮਨਜ਼ੂਰੀ ਦੇਣ ਲਈ ਵੀਰਵਾਰ ਨੂੰ 94-1 ਦੇ ਫਰਕ ਨਾਲ ਵੋਟਾਂ ਪਾਈਆਂ, ਜਿਸ ਦਾ ਉਦੇਸ਼ ਇਹਨਾਂ ਅਪਰਾਧਾਂ ਵਿੱਚ ਹੋਏ ਵਾਧੇ ਨੂੰ ਹੱਲ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਵਿਸਥਾਰ ਕਰਨਾ ਹੈ। ਬਿੱਲ ਜਸਟਿਸ ਵਿਭਾਗ ਇਸ ਲਈ ਇੱਕ ਅਜਿਹੇ ਵਿਅਕਤੀ ਦੀ ਪਛਾਣ ਕਰੇਗਾ ਜੋ ਨਫ਼ਰਤ ਦੇ ਅਪਰਾਧ ਦੀਆਂ ਘਟਨਾਵਾਂ ਦੀ ਜਲਦੀ ਸਮੀਖਿਆ ਕਰੇਗਾ ਅਤੇ ਨਫ਼ਰਤ ਦੇ ਜੁਰਮਾਂ ਦੀ ਰਿਪੋਰਟ ਕਰਨ ਨੂੰ ਆਸਾਨ ਬਣਾਉਣ ਲਈ ਰਾਜ ਅਤੇ ਸਥਾਨਕ ਸੰਸਥਾਵਾਂ ਨੂੰ ਵਧੇਰੇ ਮਾਰਗਦਰਸ਼ਨ ਪ੍ਰਦਾਨ ਕਰੇਗਾ। ਇਹ ਕਾਨੂੰਨ ਪੀੜਿਤ ਲੋਕਾਂ ਪ੍ਰਤੀ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਜਨਤਕ ਸਿੱਖਿਆ ਮੁਹਿੰਮਾਂ ਦਾ ਵੀ ਵਿਸਥਾਰ ਕਰੇਗਾ। ਹਵਾਈ ਦੀ ਡੈਮੋਕ੍ਰੈਟਿਕ ਸੈਨੇਟਰ ਮਾਜ਼ੀ ਹਿਰੋਨੋ ਅਤੇ ਨਿਊਯਾਰਕ ਦੀ ਕਾਂਗਰਸ ਵੁਮੈਨ ਗ੍ਰੇਸ ਮੈਂਗ ਦੁਆਰਾ ਪੇਸ਼ ਕੀਤਾ ਗਿਆ ਇਹ ਕਾਨੂੰਨ ਪਿਛਲੇ ਸਾਲ ਏਸ਼ੀਆਈ ਵਿਰੋਧੀ ਅਪਰਾਧਾਂ ਵਿੱਚ ਵਾਧੇ ਦੇ ਵਿਚਕਾਰ ਲਿਆ ਗਿਆ। ਸੈਨੇਟ ਦੀ ਵੋਟ ਐਟਲਾਂਟਾ ਖੇਤਰ ਵਿੱਚ ਏਸ਼ੀਆਈ ਮੂਲ ਦੀਆਂ 6 ਔਰਤਾਂ ਸਣੇ 8 ਲੋਕਾਂ ਦੀ ਹੱਤਿਆ ਦੇ ਬਾਅਦ 1 ਮਹੀਨੇ ਬਾਅਦ ਹੋਈ ਹੈ।